ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ, ਪਿੱਛੇ ਜੇ ਧਰਨੇ ਦੀਆਂ ਵੀਡੀਓ ਦੇਖੀਆਂ। ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ, ਤੂੰ ਵੀ ਪੱਕਾ ਨਹੀਂ ਹੋਇਆ। ਮੈਨੂੰ ਜਵਾਬ ਦਿੱਤਾ, ਮਹਾਂ ਬਾਈ ਪੱਕਾ ਤਾਂ ਉਦੋਂ ਹੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ, ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਹਾਜ਼ ਚੜ੍ਹ ਕੇ ਆ ਗਿਆ ਸੀ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਆਉਂਦਾ ਬੱਸ 'ਚ ਵੀ ਕਈ ਵਾਰ ਸੌ ਜਾਂਦਾ ਸੀ, ਸਟੋਪ ਲੰਘ ਜਾਂਦਾ ਸੀ, ਫਿਰ ਵੀ ਘਰਦਿਆਂ ਨੂੰ ਹੱਸ ਕੇ ਕਹੀਦਾ ਸੀ ਵੀ ਚੜ੍ਹਦੀ ਗਲਾਂ 'ਚ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਇੱਥੇ ਕੰਮ ਵਾਲੇ ਨੇ ਸਾਡੀ ਮਜ਼ਬੂਰੀ ਦਾ ਫਾਇਦਾ ਵੀ ਚੱਕਿਆ, ਸਾਡੇ ਪੈਸੇ ਵੀ ਮਾਰੇ। ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ, ਬਹੁਤੇ ਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ। ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ, ਭੈਣਾਂ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ। ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਉਹਾਰ, ਸਾਡੇ ਜਨਮ ਦਿਨ ਸੇਫਟੀ ਜੂ ਪਾ ਕੇ, ਸੇਫਟੀ ਬੈਸਟਾਂ ਪਾ ਕੇ ਇੱਥੇ ਕੰਮਾਂ 'ਤੇ ਲੰਘਦੇ ਗਏ। ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ, ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ, ਜਿਨ੍ਹਾਂ ਨੇ ਸਾਡੇ ਨਾਂ ਰੱਖੇ, ਉਹਨਾਂ ਦੇ ਸੰਸਕਾਰ ਸਾਨੂੰ ਇੱਥੇ ਵੀਡੀਓ ਕਾਲਾਂ 'ਤੇ ਦੇਖਣੇ ਪਏ। ਜ਼ਮੀਨ ਨਿਕਲ ਗਈ ਪੈਰਾਂ ਥੱਲੋਂ, ਪੱਕੇ ਤਾਂ ਅਸੀਂ ਬਹੁਤ ਪਹਿਲਾਂ ਹੋ ਗਏ ਸੀ।